ਪੰਜਾਬ ਦੇ ਵਿੱਚ ਅਸੈਂਬਲੀ ਇਲੈਕਸ਼ਨਸ ਫਰਵਰੀ 2022 ਦੇ ਵਿੱਚ ਹੋਣ 7 ਮਹੀਨੇ ਬਚ ਗਏ ਨੇ ਅਸੈਂਬਲੀ ਇਲੈਕਸ਼ਨਸ ਨੂੰ ਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਫੈਕਸ਼ਨਲਿਜ਼ਮ ਜੋ ਹੈ ਉਹ ਬੜੇ ਵੱਡੇ ਲੈਵਲ ਤੇ ਇਸ ਵਕਤ ਉੱਭਰ ਕੇ ਆਇਆ ਹੈ ਖਾਸ ਕਰ ਜੋ ਬੇਅਦਬੀ ਦਾ 이슈 ਹੈ ਉਸ ਨੂੰ ਲੈ ਕੇ ਕੋਸ਼ਿਸ਼ਾਂ ਵੀ ਹੋ ਰਹੀਆਂ ਲਗਾਤਾਰ ਪਾਰਟੀ ਹਾਈ ਕਮਾਂਡ ਵੱਲੋਂ ਫੈਕਸ਼ਨਲਿਜ਼ਮ ਨੂੰ ਦੂਰ ਕਰਨ ਦੀਆਂ ਬਟ ਉਹ ਬਾਰ-ਬਾਰ ਜੋ ਹੈ ਉਬਰ ਆਂਦਾ ਹੈ ਸਾਡੇ ਨਾਲ ਅੰਮ੍ਰਿਤਸਰ ਤੋਂ ਐਮਪੀ ਨੇ ਗੁਰਜੀਤ ਔਜਲਾ ਜੀ ਉਹਨਾਂ ਨਾਲ ਗੱਲ ਕਰਾਂਗੇ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਔਜਲਾ ਸਾਹਿਬ ਕਾਂਗਰਸ ਦੇ ਵਿੱਚ ਜੋ ਇੱਕ ਫੈਕਸ਼ਨਲਿਜ਼ਮ ਉੱਪਰ ਆਇਆ ਹੈ ਖਾਸ ਕਰ ਬੇਅਦਬੀ ਵਾਲੇ ਇਸ਼ੂ ਤੇ ਪਾਰਟੀ ਹਾਇਕਮਨ ਕੋਸ਼ਿਸ਼ ਕਰ ਰਹੀ ਹੈ ਕਿ ਰਿਜ਼ੋਲਵ ਹੋਣ ਇਸ਼ੂ ਬਟ ਉਹ ਫਿਰ ਬਾਰ-ਬਾਰ ਉਹ ਚੀਜ਼ਾਂ ਉੱਬਰ ਕੇ ਆ ਜਾਣੀਆਂ ਹੈ ਕਿੱਦਾਂ ਇਸਨੂੰ ਤੁਸੀਂ ਦੇਖਦੇ ਹੋ ਕਿ ਪਾਰਟੀ ਸাকਸੈਸਫੁਲ ਹੋਊਗੀ ਜਿਹੜੇ ਤੁਹਾਡੇ ਡਿਫਰੈਂਸਿਸ ਉੱਪਰ ਆਏ ਨੇ ਲੀਡਰਸ਼ਿਪ ਦੇ ਵਿੱਚ ਦੇਖੋ ਜਿੰ ਤੱਕ ਜਿਹੜਾ ਬਰਗਾੜੀ ਇਸ਼ੂ ਦੀ ਗੱਲ ਹੈ ਕਿ ਜਿਹੜਾ ਹਾਈ ਕੋਰਟ ਵੱਲੋਂ ਜਿਹੜੀ ਸਿੱਟ ਦੀ ਰਿਪੋਰਟ ਰੱਦ ਕਰ ਦਿੱਤੀ ਗਈ ਸੀ ਉਹਦੇ ਤੇ ਬਿਲਕੁਲ ਸਾਰੇ ਇੱਕ ਮਤ ਨੇ ਔਰ ਸਾਰੇ ਚਾਹੁੰਦੇ ਨੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਕਿ ਇਹ ਜਿਹੜਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਔਰ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਵੀ ਮੰਸ਼ਾ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੇ ਇੱਕ ਕੁਵਰ ਵਿਜੀ ਪ੍ਰਤਾਵਰਗ ਅਫਸਰ ਜਿਹੜਾ ਕਿ ਲੋਕਾਂ ਦੀ ਨਿਗਾਹ ਦੇ ਵਿੱਚ ਇਮਾਨਦਾਰ ਔਰ ਵਧੀਆ ਛਵੀ ਰੱਖਣ ਵਾਲਾ ਅਫਸਰ ਹੈ ਉਹਨੂੰ ਹੀ ਲਾਇਆ ਗਿਆ ਸੀ ਇਹ ਵੀ ਮੁੱਖ ਮੰਤਰੀ ਸਾਹਿਬ ਦੀ ਵਿੱਚ ਹੈ ਹੀ ਸੀ ਪਰ ਹਾਈ ਕੋਰਟ ਵੱਲੋਂ ਕਿਉਂ ਹੋਇਆ ਆਪਾਂ ਇੱਥੇ ਹੁਣ ਟਿੱਕਾ ਟਿੱਪਣੀ ਬਹੁਤ ਹੋਈ ਹੈ ਕੋਈ ਮਕਸਦ ਨਹੀਂ ਬਣਦਾ ਤੇ ਹੁਣ ਜਿਹੜੇ ਬਾਕੀ ਇਸ਼ੂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਟ ਹੁਣ ਨਵੀਂ ਬਣੀ ਹੈ ਬੜੀ ਸਪੀਡ ਨਾਲ ਕੰਮ ਕਰ ਰਹੀ ਹੈ ਤੁਹਾਡੇ ਸਾਹਮਣੇ ਉਹਨਾਂ ਜਿਹੜੇ ਜਿਹੜੇ ਵੀ ਕੋ ਦੇ ਵਿੱਚ ਸ਼ੰਕੇ ਨੇ ਉਹਨਾਂ ਨੂੰ ਉਹਨਾਂ ਨਾਲ-ਨਾਲ ਕੀ ਉਹਨਾਂ ਦੀ ਕਵਚਨਿੰਗ ਹੋ ਰਹੀ ਹੈ ਮੇਰੇ ਖਿਆਲ ਬਹੁਤ ਜਲਦੀ ਉਹਦੀ ਰਿਪੋਰਟ ਵੀ ਸਬਮਿਟ ਹੋ ਜਾਏਗੀ ਔਰ ਇਹ ਸੋਲਵ ਹੋਏਗਾ ਔਰ ਪਾਰਟੀ ਇਕੱਠੀ ਹੋ ਕੇ ਇਲੈਕਸ਼ਨ ਲੜੇਗੀ पार्टी के मीटिंग्स का दौर जो है वह चलिया है खासकर दिल्ली जदों पार्टी दीटिंग सँ दिन का एक्सरसाइज सभी पूरी उस तो बाद चीफ मिनिस्टर कैप्टन अमरिंदर सिंह वो पहले एलीगेशनस लगते थे कि वो इनएक्सैसीबल ने मिलते नहीं ने बट उस तो बाद लगातार मीटिंगस कर रहे एम एल एज़ के कर रहे एम पीज़ के नाल कर रहे, नाल कर रहे तो भी गए थे सारे एम पीज़ खासकर लोग सभा जिन्हें तुम तो एम पीज़ हो वह सारे मिल के आए हैं की गलबात हुई है ਦੇਖੋ ਅੜਾ ਸਮਾਂ ਹੁੰਦਾ ਨੇ ਸਾਰੀਆਂ ਪਾਰਟੀਆਂ ਚ ਹੋ ਰਿਹਾ ਇਕੱਲੀ ਕਾਂਗਰਸ ਚ ਨਹੀਂਗਾ ਸਾਰੀਆਂ ਪਾਰਟੀਆਂ ਮੀਟਿੰਗ ਕਰ ਰਹੀਆਂ ਨੇ ਬਾਰ-ਬਾਰ ਕਿਉਂਕਿ 2022 ਦੀ ਇਲੈਕਸ਼ਨ ਹੈ ਉਹ ਇਲੈਕਸ਼ਨ ਦੇ ਵਿੱਚ ਜਾਣਾ ਹੈ ਔਰ ਹਰ ਜਿਹੜਾ ਲੀਡਰਸ ਹੈ ਜਾਂ ਵਰਕਰ ਹੈ ਉਹਦੀ ਭਾਵਨਾ ਲਈ ਜਾਂਦੀ ਹੈ ਕਿ ਆਪਾਂ ਕਿੱਥੇ ਖੜੇ ਆ ਔਰ ਕਿਵੇਂ ਅੱਗੇ ਲੈ ਕੇ ਜਾਣਾ ਹੈ ਹਰ ਇੱਕ ਦੇ ਵਿਚਾਰ ਲਏ ਜਾਂਦੇ ਸੋ ਇਹੀ ਵਿਚਾਰ ਸੀਐਮ ਸਾਹਿਬ ਕਰ ਰਹੇ ਨੇ ਰਮੇਸ਼ਾ ਹੀ ਕਰਦੇ ਜਦੋਂ ਵੀ ਇਹੋ ਜਿਹੀਆਂ ਇਲੈਕਸ਼ਨਾਂ ਹੁੰਦੀਆਂ ਨੇ ਉਹਦੇ ਤੇ ਬਾਰੇ ਇੱਥੇ ਗੱਲਬਾਤ ਹੁੰਦੀ ਹੈ ਔਰ ਕੇਂਦਰ ਸਰਕਾਰ ਜਿਹੜਾ ਜਿਹੜਾ ਸਾਰਾ ਸੌਰੀ ਸਾਡੀ ਹਾਈ ਕਮਾਂਡ ਹੈ ਉਹ ਵੀ ਆਪਣਾ ਫੀਡਬੈਕ ਇਸ ਗੱਲ ਦੇ ਉੱਤੇ ਲੈ ਰਹੀ ਹੈ ਕਿ ਕਿਵੇਂ ਅਸੀਂ 2022 ਜਿਹੜੀ ਉਹ ਇਲੈਕਸ਼ਨ ਜਿੱਤਣੀ ਹੈ ਔਰ ਕਿਵੇਂ ਅਸੀਂ ਕਾਂਗਰਸ ਪਾਰਟੀ ਦੀ ਦੁਬਾਰਾ ਸਰਕਾਰ ਲੈ ਕੇ ਆਉਣੀ ਹੈ ਇਹਦੇ ਦੀ ਸਾਰੀ ਜਿਹੜੀ ਚਰਚਾ ਹੈ ਉਹ ਹੀ ਹੈ ਖਾਸ ਕਰਕੇ ਜਿਹੜਾ ਚੀਫ ਮਿਨਿਸਟਰ ਰੈ residense ਦੇ ਵਿੱਚ ਲੀਡਰਸ ਮਿਲ ਰਹੇ ਐਮ ਐਲ ਏਜ਼ ਐਮ ਪੀਜ਼ ਤੁਸੀਂ ਮਿਲ ਰਹੇ ਹੋ ਉਹ ਸਾਰੀ ਐਕਸਰਸਾਈਜ਼ ਨੂੰ ਇੱਕ ਪਰਸਪੈਕਟਿਵ ਲੈਵਲ ਤੇ ਇਦਾਂ ਦੇਖਿਆ ਜਾ ਰਿਹਾ ਕਿ ਚੀਫ ਮਿਨਿਸਟਰ ਦੇ ਸਪੋਰਟਰਸ ਜਿਹੜੇ ਨੇ ਉਹ ਬੈਕ ਕਰ ਰਹੇ ਹਨ ਉਹਨਾਂ ਨੂੰ ਤੇ ਉਹਨਾਂ ਕੋਲ ਮਿਲ ਰਹੇ ਨੇ ਇੱਕ ਸਿਗਨਲ ਦੇ ਰਹੇ ਹਨ ਕਿ ਵੀ ਆਰ ਵਿਦ ਕੈਪਟਨ ਕਿ ਕਿਦਾਂ ਅਸੀਂ ਤੇ ਪਬਲਿਕ ਦੇ ਨਾਲ ਹੈ ਨਾ ਪਬਲਿਕ ਨੇ ਦੇਖੋ ਪਹਿਲਾਂ ਵੀ ਚੁਣਿਆ ਉਦੋਂ ਵੀ ਸਾਰੇ ਨਾਲ ਸਨ ਪਬਲਿਕ ਨੇ ਦੂਜੀ ਵਾਰ ਵੀ ਸੀਐਮ ਦਾ ਮਤਲਬ ਚਿਹਰਾ ਬਲੈਕ ਕੇ ਕਾਂਗਰਸ ਪਾਰਟੀ ਨੇ ਜਦੋਂ ਚਿਹਰਾ ਬਣਾਇਆ ਸੀਐਮ ਸਾਹ ਨੂੰ ਉਹ ਅਸੀਂ ਚੁਣ ਕੇ ਪਬਲਿਕ ਨੇ ਲਿਆਂਦੇ ਜਿਹੜਾ ਪਬਲਿਕ ਦਾ ਮੰਡਟ ਹੈ ਉਹਦੀ ਅਗੇਂਸਟ ਆਪਾਂ ਕਿਵੇਂ ਜਾ ਸਕਦੇ ਸੋ ਇਹ ਪਬਲਿਕ ਦੀ ਜਿਹੜੀ ਪਰਸਪੈਕਸ਼ਨ ਬਣਾਈ ਹੋਈ ਹੈ ਸੀਐਮ ਤੇ ਪਬਲਿਕ ਨੇ ਬਣਾਇਆ ਨਾ ਕੈਪਟਨ ਸਾਹਿਬ ਨੂੰ ਸੋ ਹਮੇਸ਼ਾ ਹੀ ਉਹਨਾਂ ਦੇ ਨਾਲ ਰਹੇ ਹਾਂ ਸ਼ੁਰੂ ਤੋਂ ਕਿਉਂਕਿ ਇੱਕ ਪੰਜਾਬ ਦੇ ਪ੍ਰਤੀ ਉਹਨਾਂ ਦਾ ਜਿਹੜਾ ਸਨੇਹ ਹੈ ਚਾਹੇ ਉਹ ਜਨਰ ਹਰਬਖ ਸਿੰਘ ਦੇ ਨਾਲ ਉਹਨਾਂ ਦੇ ਕੰਮ ਕਾਰਜ ਕਰਨੀ ਨੂੰ ਲੈ ਲਿਓ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ ਦੇਸ਼ ਦੇ ਵਿੱਚ ਫਿਰ ਉਹਨਾਂ ਦਾ ਕਿਸਾਨੀ ਸੰਘਰਸ਼ ਦੇ ਵਿੱਚ ਪਾਣੀ ਦੇ ਮੁੱਦਿਆਂ ਦੇ ਉੱਤੇ ਡਟ ਕੇ ਖੜਨਾ ਇਹ ਜੜੀਆਂ ਨੇ ਕਿਤੇ ਨਾ ਕਿਤੇ ਉਹਨਾਂ ਵੱਲ ਨੂੰ ਹਰ ਕੋਈ ਬੰਦਾ ਉਲਝਦਾ ਹੈ ਕਿ ਠੀਕ ਹੈ ਚੰਗੇ ਕੰਮ ਕਰਨ ਵਾਲਾ ਬੰਦਾ ਪੰਜਾਬ ਨੂੰ ਚਾਹੀਦਾ ਹੈ ਠੀਕ ਹੈ ਜਿਹੜੀਆਂ ਕੋਈ ਮੁਸ਼ਕਲਾਂ ਨੇ ਉਹ ਵੀ ਨਾਲ ਦੀ ਨਾਲ ਜੜੀਆਂ ਨੇ ਉਹ ਹੱਲ ਹੋ ਰਹੀਆਂ ਨੇ ਔਰ ਹੋਣ ਗਿਆ ਵੀ ਅਸੀਂ ਤਕਰੀਬਨ ਜਦੋਂ ਸੀਐਮ ਸਾਹਿਬ ਨਾਲ ਗੱਲ ਹੋਈਏ ਤੋ ਕਹਿੰਦੇ 90% ਦੇ ਕਰੀਬ ਮੇਰਾ ਜੋ ਮੈਨੀਫੈਸਟੋ ਜਿਹੜਾ ਮੈਂ ਪੂਰਾ ਕੀਤਾ ਆ ਔਰ ਇੰਡੀਆ ਦੇ ਵਿੱਚ ਪਹਿਲੀ ਸਟੇਟ ਹੋਏਗੀ ਜਿਹੜੀ 100% ਪੂਰਾ ਕਰੇਗੀ ਔਰ ਉਹ ਇਹ ਵੀ ਕਹਿੰਦੇ ਮੈਂ ਪਿਛਲੇ ਵੀ ਚਾਹੇ ਤੁਸੀਂ ਨਾਲ ਲੈ ਲਿਓ ਮੈਂ ਮਤਲਬ ਪੂਰਾ ਇਸ ਗੱਲ ਤੁਸੀਂ ਦੇਖ ਸਕਦੇ ਜੀ ਕਿ ਪਿਛਲੇ ਸਮੇਂ ਵਿੱਚ ਹੀ ਪੂਰਾ ਕੀਤਾ ਐਥਕੀ ਵੀ ਕੀਤਾ ਇਹੀ ਚੋਣ ਨਹੀਂ ਮੈਨੀਫੈਸਟੋ ਅਕਾਲੀ ਦਲ ਵੀ ਲੈ ਕੇ ਦੇਖ ਲੈ ਨਹੀਂ ਹੋਏਗਾ ਪਰ ਇੱਕ ਕਾਂਗਰਸ ਦੇ ਵਿੱਚ ਇੱਕ ਸੈਗਮੈਂਟ ਹੈ ਇੱਕ ਟੜਾ ਹੈ ਜੋ Chief Minister ਨੂੰ ਲਗਾਤਾਰ ਟਾਰਗੇਟ ਕਰ ਰਿਹਾ ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਉਹ ਖਾਸ ਕਰ ਕੋਟਕਪੂਰਾ ਫਾਇਰਿੰਗ ਕੇਸ ਦਾ ਜਿਹੜਾ ਹਾਈ ਕੋਰਟ ਦਾ ਅਦਿਕਚਿਕ ਦਾ ਉਸ ਤੋਂ ਬਾਅਦ ਲਗਾਤਾਰ ਟਵੀਟਸ ਕਰ ਰਹੇ ਆ ਕੁਐਸਚਨ ਕਰ ਰਹੇ ਬੇਸਿਕਲੀ ਲੀਡਰਸ਼ਿਪ ਨੂੰ ਪਰਗਤ ਸਿੰਘ ਵੀ ਨੇ ਪਰਗਤ ਸਿੰਘ ਵੀ ਲਗਾਤਾਰ ਸਵਾਲ ਚੁਕਰੇ ਨੇ ਫੰਕਸ਼ਨਿੰਗ ਤੇ ਵੀ ਉਧਾਂ ਦੇ ਕੁਝ ਹੋਰ ਐਮ ਐਲ ਏ ਵੀ ਨੇ ਹਨਾ ਕਿਦਾਂ ਦੇਖ ਰਹੇ ਹਾਂ ਜਿਹੜੇ ਖਾਸ ਕਰ ਚੀਫ ਮਿਨਿਸਟਰ ਦੀ ਲੀਡਰਸ਼ਿਪ ਤੇ ਕੁਐਸਚਨ ਰੇਜ ਕਰ ਰਹੇ ਨੇ ਦੇਖੋ ਇਥੇ ਜਿਆਦਾ ਉਹੀ ਦੱਸ ਸਕਦੇ ਨੇ ਮੈਂ ਤੇ ਇਹੀ ਰਿਕਵੈਸਟ ਕਰਦਾ ਹੁਣਾਂਗੇ ਜਿਹੜੀਆਂ ਗੱਲਾਂ ਨੇ ਪਾਰਟੀ ਦੀ ਅੰਦਰ ਬੈ ਕੇ ਕਰ ਲੈਣੀਆਂ ਚਾਹੀਦੀਆਂ ਨੇ ਪਾਰਟੀ ਦੇ ਨਾਲ ਤੁਸੀਂ ਲੰਬਾ ਸਮਾਂ ਸੀਐਮ ਦੇ ਨਾਲ ਕੰਮ ਕੀਤਾ ਆ ਇਹ ਗੱਲਾਂ ਉਦੋਂ ਵੀ ਹੋ ਸਕਦੀਆਂ ਹੁਦੋਂ ਵੀ ਸਾਰੀ ਜਿਹੜੀ ਚਰਚਾ ਸੀ ਇਹ ਹੋ ਸਕਦੀਆਂ ਸੀ ਹੁਣ ਵੀ ਜਿਹੜੀ ਇਸੇ ਗੱਲਾਂ ਨੂੰ ਲੈ ਕੇ ਹਾਈ ਕਮਾਂਡ ਨੇ ਹੁਣ ਆਪਣਾ ਵਿੱਚ ਕਮੇਟੀ ਬਣੀ ਹੈ ਉਹ ਫੈਸਲਾ ਲੈਣਗੇ ਕਿਵੇਂ ਕਰਦੇ ਨੇ ਤੇ ਇਹ ਕਿਉਂ ਕਰ ਰਹੇ ਕਿਵੇਂ ਕਰ ਰਹੇ ਮੇਰੇ ਖਿਆਲ ਜ਼ਿਆਦਾਤਰ ਉਹੀ ਦੱਸ ਸਕਦੇ ਨੇ ਜੀ ਪਾਰਟੀ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਮਾਝੇ ਦੇ ਵਿੱਚ ਇਦਾਂ ਲੱਗ ਰਿਹਾ ਕਾਂਗਰਸ ਦੇ ਵਿੱਚ ਰੀਅਲ ਅਲਾਈਨਮੈਂਟ ਆਫ ਫੋਰਸਿਸ ਹੋ ਰਹੀ ਹੈ ਜਿੱਦਾਂ ਬਾਕੀ ਮਿਨਿਸਟਰਸ ਨੇ ਤਿੰਨ ਜਿਹੜਾ ਸੁਖਿੰਦਰ ਰੰਦਾਵਾ ਸੁਖ ਸਰਕਾਰੀਆ ਯਾ ਤ੍ਰਿਪ ਬਾਜਵਾਹ ਨੇ ਉਹ ਇੱਕ ਇਦਾਂ ਲੱਗ ਰਿਹਾ ਕਿ ਜਿੱਦਾਂ ਕੈਪਟਨ ਸਾਹਿਬ ਦਾ ਦੂਜਾ ਖੇਮਾ ਜਿਹੜਾ ਉੱਥੇ ਖੜੇ ਹੋ ਗਏ ਨੇ ਤੇ ਦੂਜੇ ਪਾਸੇ ਹੁਣ ਲਾਲੀ ਮਜੀਠੀਆ ਉਹਨੇ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਹੈ ਹੈਨਾ ਤੇ ਕਾਫੀ ਚੇਂजेस ਦੇਖਣ ਨੂੰ ਮਿਲ ਰਹੇ ਨੇ ਕਿੱਦਾਂ ਦੇਖ ਰਹੇ ਹੋ ਮਾਜੇ ਦੇ ਵਿੱਚ ਇਦਾਂ ਲੱਗ ਰਿਹਾ ਵੀ ਲੀਡਰਸ਼ਿਪ ਦੇ ਵਿੱਚ ਜੋ ਹੈ ਉਹ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਰੀਅਲਾਈਨਮੈਂਟ ਹੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੀ ਇਹੀ ਖੂਬਸੂਰਤੀ ਹੈ ਕਾਂਗਰਸ ਦੀ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੀ ਕਮੀ ਨਹੀਂ ਹੈਗੀ ਕਾਂਗਰਸ ਦੇ ਵਿੱਚ ਇਹੀ ਮੈਸੇਜ ਹੈ ਕਿ ਹਰ ਜਗ੍ਹਾ ਤੇ ਲੀਡਰ ਸਾਡਾ ਕਾਂਗਰਸ ਦਾ ਤਗੜਾ ਹੋ ਕੇ ਬੈਠਾ ਹੈ ਹੁਣ ਉਹਨਾਂ ਨੇ ਆਪਣੀਆਂ ਇਲੈਕਸ਼ਨਾਂ 'ਚ ਜਾਣੇ ਆ ਕੁਦਰਤੀ ਗੱਲ ਐ ਬਾਕੀ ਜਿਹੜੇ ਇਲੈਕਸ਼ਨਾਂ 'ਚ ਨਹੀਂ ਜਾਣਗੇ ਉਹ ਕੰਪੇਨ ਕਰਨਗੇ ਉਹ ਕਿਵੇਂ ਚਲਾਉਣਗੇ ਕਿਉਂਕਿ ਜਿਹੜੇ ਸਾਡੇ ਬਾਕੀ ਲੀਡਰ ਸਾਹਿਬਾਨ ਨੇ ਚਾਹੇ ਮਾਝੇ ਦੇ ਨਾਲ ਸੰਬੰਧ ਰੱਖਦੇ ਨੇ ਉਹ ਸਾਰੇ ਹੁਣ ਇਲੈਕਸ਼ਨਾਂ 'ਚ ਰੁੱਝ ਜਾਣੇ ਨੇ ਔਰ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਰੀ ਐਕਸਰਸਾਈਜ਼ ਹੁੰਦੀ ਐ ਔਰ ਉਹਦੇ ਕਰਕੇ ਵੇਖਣਾ ਪੈਂਦਾ ਕਿ ਜੇ ਉਹਨਾਂ ਨੇ ਕੋਈ ਚਾਹੇ ਮਿਨਿਸਟਰੀ ਐ ਉਹਨੇ ਆਪਣੇ ਹਲਕੇ 'ਚ ਇਲੈਕਸ਼ਨ ਲੜੇਗਾ ਉਹ ਬਾਕੀ ਤੇ ਕਿਤੇ ਕੰਪੇਨ ਨਹੀਂ ਕਰ ਸਕਦਾ ਮੈਂਬਰ ਪਾਰਲੀਮੈਂਟ ਕਰ ਸਕਦਾ ਹੈ ਲਾਲੀ ਮਜੀਠੀਆ ਕਰ ਸਕਦਾ ਹੈ ਜਿਹੜੇ ਇਸ ਤਰ੍ਹਾਂ ਅਸੀਂ ਸਾਰਾ ਜਿਹੜੇ ਹੁਣ মিডিਆ ਉਹਨੂੰ ਕਿਸ ਪੱਖ ਚ ਰੱਖ ਕੇ ਦੇਖਦਾ ਤੜੇ ਬੰਦੀ ਚ ਦੇਖਦਾ ਉਹ ਤੁਹਾਡਾ ਇੱਕ ਵੱਖਰਾ ਨਜ਼ਰੀਆ ਹੈ ਪਰ ਸਾਡੇ ਇਹੋ ਜਿਹਾ ਕੋਈ ਗੱਲ ਨਹੀਂ ਗਈ ਅਸੀਂ ਇਕੱਠੇ ਆਂ ਇਕੱਠੇ ਹੋ ਕੇ ਕੰਮ ਕਰਦੇ ਆ ਉਹ ਸੀਐਮ ਸਾਹਿਬ ਜਿੱਦਾਂ ਵੀ ਜਾਂ ਕਾਂਗਰਸ ਪਾਰਟੀ ਸਾਨੂੰ ਹੁਕਮ ਲਾਉਂਦੀ ਹੈ ਅਸੀਂ ਉਹਦੇ ਮੁਤਾਬਕ ਚੱਲਦੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ ਇੱਕ ਹੋਰ ਮੇਰਾ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ ਗੱਲਾਂ ਹੋ ਰਹੀਆਂ ਕਿ ਐਡਜਸਟ ਕਰਨੇ ਉਹਨਾਂ ਨੂੰ ਸਿਟੇਬਲੀ ਪਾਰਟੀ ਦੇ ਵਿੱਚ ਹੈਨਾ ਬਟ ਇਦਾਂ ਲੱਗ ਰਿਹਾ ਹੈ ਕਿ ਜਿਹੜਾ ਟ੍ਰੈਡੀਸ਼ਨਲ ਕਾਂਗਰਸਮੈਨ ਹੈ ਪੰਜਾਬ ਦੇ ਵਿੱਚ ਉਹ ਨਹੀਂ ਚਾਹਦਾ ਕਿ ਨਵਜੋਤ ਸਿੰਘ ਸਿੱਧੂ ਖਾਸ ਕਰਕੇ ਪੀਪੀਸੀਸੀ ਪ੍ਰੈਜ਼ੀਡੈਂਟ ਬਣ ਕਾਫੀ ਜਗ੍ਹਾ ਤੋਂ ਅਸੀਂ ਸੁਣਿਆ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਵੀ ਕਿਹਾ ਅੱਜ ਬਾਜਵਾ ਹੋਰਾਂ ਨੇ ਵੀ ਕਿਹਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਤੇ ਇਦਾਂ ਲੱਗਦਾ ਕਿ ਟ੍ਰੈਡੀਸ਼ਨਲ ਕਾਂਗਰਸਮੈਨ ਜੋ ਹੈ ਉਹ ਤਿਆਰ ਨਹੀਂ ਹੈ ਇਸ ਵਾਸਤੇ ਕਿ ਨਵਜੋਤ ਸਿੰਘ ਸਿੱਧੂ ਐਟਲੀਸਟ ਪੀਪੀਸੀਸੀ ਪ੍ਰੈਜ਼ੀਡੈਂਟ ਬਣ ਹਾਲਾਂਕਿ ਕਹਿੰਦੇ ਨੇ ਕਿ ਸਿਟੇਬਲ ਹੀ ਅਕਮੋਡੇਟ ਕਰੋ ਉਹਨਾਂ ਨੂੰ ਦੇਖੋ ਕੁਦਰਤੀ ਗੱਲ ਹੈ ਜਦੋਂ ਜਿੰਨਾ ਪਰਿਵਾਰਾਂ ਦੇ ਵਿੱਚ ਬੜੇ ਬੜੇ ਵੱਡੀਆਂ ਕੁਰਬਾਨੀਆਂ ਕੀਤੀਆਂ ਹੁਣ ਔਰ ਹਾਰਡ ਕੋਰ ਕਾਂਗਰਸ ਲਾਈਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਸੰਤਾਪ ਵੀ ਭੁਗਣਾ ਪੈਂਦਾ ਜਦੋਂ ਤੁਸੀਂ ਕਿਸੇ ਧਾਰਾ ਲਈ ਕੰਮ ਕਰਦੇ ਨੇ ਵਿਚਾਰਧਾਰਾ ਵਾਸਤੇ ਕੋਈ ਵੀ ਹੋਵੇ ਉਹਨੂੰ ਉਹਦਾ ਸੰਤਾਪ ਵੀ ਭੁਗਣਾ ਪੈਂਦਾ ਕਈ ਵਾਰ ਉਹਦੇ ਤੇ ਚਲਦੇ ਚਲਦੇ ਤੁਸੀਂ ਇੱਕ ਸੈਕੂਲਰਿਜ਼ਮ ਤੇ ਚੱਲੋਗੇ ਤਾਂ ਉਹਦਾ ਉਹਦਾ ਤੁਹਾਨੂੰ ਮਤਲਬ ਦੇਣ ਦੇਣਾ ਪੈਂਦਾ ਹੈ ਕੀਮਤ ਉਤਾਰਨੀ ਪੈਂਦੀ ਹੈ ਉਹਨਾਂ ਨੇ ਕੀਮਤਾਂ ਉਤਾਰੀਆਂ ਨੇ ਚਾਹੇ ਜਾਨਾਂ ਗਈਆਂ ਨੇ ਸੋ ਉਹਨਾਂ ਦੇ ਮਨ 'ਚ ਜ਼ਰੂਰ ਆਉਂਦਾ ਹੈ ਕਿ ਇਹ ਜਿਹੜੀ ਸਾਡੇ ਬਜ਼ੁਰਗਾਂ ਦੇ ਖੂਨ ਦੇ ਨਾਲ ਸਜਾਈ ਪਾਰਟੀ ਹੈ ਜਿਨ੍ਹਾਂ ਨੇ ਇੰਨਾ ਕੁਰਬਾਨੀਆਂ ਦਿੱਤੀਆਂ ਨੇ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਕਾਂਗਰਸਮੈਨ ਜਿਹੜਾ ਬਣੇ ਇਹ ਉਹਨਾਂ ਦੀ ਹੈ ਉਹਨਾਂ ਦੇ ਵਿਚਾਰ ਨੇ ਔਰ ਕਾਂਗਰਸ ਪਾਰਟੀ ਨੂੰ ਇਸ ਬਾਰੇ ਹਰ ਇੱਕ ਬੰਦੇ ਨੇ ਆਪਣੀ ਗੱਲ ਦੱਸੀ ਹੈ ਸੋ ਉਹ ਇੱਕ ਜ਼ਰੂਰ ਹੈ ਬਾਕੀ ਸਿੱਧੂ ਸਾਹਿਬ ਵੀ ਸੀਨੀਅਰ ਲੀਡਰ ਨੇ ਜੀਤ ਸਦਕੇ ਉਹ ਪਾਰਟੀ ਉਹਨਾਂ ਨੂੰ ਕੁਝ ਨਾ ਕੁਝ ਜਿਹੜੀ ਐਡਜਸਟਮੈਂਟ ਹੈ ਉਹ ਦਵੇ ਔਰ ਲੈ ਕੇ ਆਵੇ ਔਰ ਸਿੱਧੂ ਸਾਹਿਬ ਤੇ ਆਪ ਕਹਿੰਦੇ ਨੇ ਕਿ ਉਹਨਾਂ ਦੇ ਬਜ਼ੁਰਗ ਵੀ ਜਿਹੜੇ ਕਾਂਗਰਸ ਤੋਂ ਐਮਐਲਏ ਰਹੇ ਸੀ ਤੇ ਫਿਰ ਤੇ ਹੁਣ ਇਕੱਠੇ ਹੋ ਕੇ ਇੱਕ ਵਰਕਰ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਨਾਟ ਕਿ ਇੱਕ ਲੀਡਰ ਦੀ ਤਰ੍ਹਾਂ ਮੈਂ ਤੇ ਆਖਾਂਗਾ ਕਿ ਸਾਨੂੰ ਇੱਕ ਵਰਕਰ ਬਣ ਕੇ ਲੋਕਾਂ ਜੋ ਉਤਰਨਾ ਚਾਹੀਦਾ ਅੱਜ ਲੋੜ ਹੈ ਸਾਡੇ ਵਰਕਰ ਨੂੰ ਸਪੋਰਟ ਕਰਨ ਦੀ ਸਾਡੇ ਵਰਕਰ ਨੂੰ ਤਕੜਿਆ ਕਰਨ ਦੀ ਜੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਨਵੇਂ-ਨਵੇਂ ਐਡਜਸਟਮੈਂਟ ਹੋ ਰਹੇ ਨੇ ਅਕਾਲੀ ਦਲ ਤੇ BSP ਦਾ ਅਲਾਈਅੰਸ ਹੋਇਆ ਰੀਸੈਂਟਲੀ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਤੇ ਕਾਂਗਰਸ ਦਾ ਜਿਹੜਾ ਦਲਿਤ ਵੋਟ ਬੈਂਕ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਦਲਿਤ ਵੋਟ ਬੈਂਕ ਨੂੰ ਕਾਂਗਰਸ ਦੇ ਇਡੈਂਟ ਕਰ ਸਕਦਾ ਹੈ ਅਲਾਈਅੰਸ ਸੇ ਕਾਂਗਰਸ ਨੇ ਕਦੀ ਜਾਤ ਪਾਤ ਦੀ ਰਾਜਨੀਤੀ ਨਹੀਂ ਕੀਤੀ ਹਰ ਵਾਰ ਚ ਸੂਟੇਬਲ ਕੈਂਡੀਡੇਟ ਸੂਟੇਬਲ ਲੀਡਰ ਜਿਹੜਾ ਆ ਉਹ ਦੇਸ਼ ਨੂੰ ਦਿੱਤਾ ਹੈ ਉਹ ਹਲਕਿਆਂ ਨੂੰ ਦਿੱਤਾ ਹੈ ਤੁਸੀਂ ਡਾਕਟਰ ਮਨਮੋਹ ਸਿੰਘ ਦੀ ਗੱਲ ਕਰ ਲਓ ਗਿਆਨੀ ਜੈਲ ਸਿੰਘ ਦੀ ਗੱਲ ਕਰ ਲਓ ਉਸ ਦਾ ਬੂਟਾ ਸਿੰਘ ਜੀ ਦੀ ਗੱਲ ਕਰ ਲਓ ਤੁਸੀਂ ਸ਼੍ਰੀ ਅਬਦੁਲ ਕਲਾਮ ਆਜ਼ਾਦ ਜੀ ਦੀ ਗੱਲ ਕਰ ਲਓ ਮੀਰਾ ਕੁਮਾਰ ਜੀ ਦੀ ਗੱਲ ਜਦੋਂ ਸ਼ਿੰਦੇ ਜੀ ਦੀ ਗੱਲ ਕਰ ਲੋੜੇ ਹੋਮ ਮਿਨਿਸਟਰ ਇਹਨੇ ਮਤਲਬ ਬੜੇ ਬੜੇ ਲੀਡਰ ਹਰ ਇੱਕ ਵਰਗ ਦਾ ਸਬੰਧ ਕਿਉਂਕਿ ਕਿਸੇ ਨਾ ਕਿਸੇ ਦਾ ਉਹ ਜਾ ਕੇ ਪਿੱਛੇ ਓਕੜ ਉਹਦਾ ਜੁੜਦਾ ਹੀ ਆ ਸੋ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਆ ਇਹ ਉਹ ਪਾਰਟੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਕਦੀ ਸੈਕੂਲਰ ਤੇ ਯਕੀਨ ਨਹੀਂ ਕਰਦੀਆਂ ਜਿਨ੍ਹਾਂ ਨੇ ਦੇਸ਼ ਦੇ ਵਿੱਚ ਵੰਡ ਪਾਉਣ ਦਾ ਕੰਮ ਕੀਤਾ ਜਿਨ੍ਹਾਂ ਨੇ ਜਾਤ ਤੇ ਰਾਜਨੀਤੀ ਕੀਤੀ ਜਿਨ੍ਹਾਂ ਨੇ ਧਰਮ ਤੇ ਰਾਜਨੀਤੀ ਕੀਤੀ ਜਿਨ੍ਹਾਂ ਨੇ ਕੰਮ ਤੇ ਰਾਜਨੀਤੀ ਨਹੀਂ ਕੀਤੀ ਹੈ ਜੀ ਡਾਕਟਰ ਮਨਮੋਹ ਸਿੰਘ ਨੂੰ ਲੋਕ ਯਾਦ ਕਰਦੇ ਨੇ ਚਾਹੇ ਕਿ ਗਿਣਤੀ ਦੇ ਵਿੱਚ ਅਸੀਂ ਬਹੁਤ ਮਤਲਬ ਥੋੜੀ ਪਾਪੂਲੇਸ਼ਨ ਹੈ ਸਰਦਾਰ ਸਿੱਖਾਂ ਦੀ ਪਰ ਉਹਦਾ ਕੰਮ ਕੀਤਾ ਅੱਜ ਦੁਨੀਆ ਸਰਾਉਂਦੀ ਹੈ ਇਹੋ ਜਿਹਾ ਲੀਡਰਸ਼ਿਪ ਇੰਨਾ ਕੋ ਹੈ ਹੀ ਨਹੀਂ ਇਹਨਾਂ ਜੋ ਇਹਨਾਂ ਤੇ ਲੀਡਰਸ਼ਿਪ ਦੀ ਕ੍ਰਾਈਸਿਸ ਹੈ ਇਹੋ ਜਿਹਾ ਜ ਇਹਨਾਂ ਨੂੰ ਯੂਪੀ ਤੋਂ ਜਾ ਕੇ ਭੈਣ ਮਾਇਆਵਤੀ ਦਾ ਸਹਰਾ ਲੈਣਾ ਪਿਆ ਹੁਣ ਤੁਸੀਂ ਦੇਖ ਇੱਥੇ ਇਹ ਸਭ ਤੋਂ ਤੀਜੇ ਨੰਬਰ ਤੇ ਆਈ ਜ਼ੀਰੋ ਹੀ ਹੋ ਗਿਆ ਉਧਰ ਉਹ ਦੋ ਪਾਰਟੀਆਂ ਰਲ ਕੇ ਉਥੇ ਕੁਝ ਨਹੀਂ ਕਰ ਸਕੇ ਉਹ ਵੀ ਜ਼ੀਰੋ ਹੋ ਗਿਆ ਤੇ 2 ਜ਼ੀਰੋ 0 0 ਕੀ ਆ ਗਿਆ ਜ਼ੀਰੋ ਹੀ ਰਹਿਣਾ ਹੈ ਨਾ ਸੋ ਜਿੰਨੇ ਦਲਤਾਂ ਦੀ ਜਾਂ ਗਰੀਬਾਂ ਦੀ ਕੰਮ ਕਰਨਾ ਆ ਇਹ ਸਭ ਤੋਂ ਵਧੀਆ ਤੇ ਤਾਂ ਹੁੰਦਾ ਕਿ ਮਾਜੁਗ ਸਦਾ ਪ੍ਰਕਾਸ਼ ਸਿੰਘ ਬਾਦਲ ਇਹ ਦੱਸਣ ਵੀ ਜਿੰਨੀ ਵਾਰੀ ਮੁੱਖ ਮੰਤਰੀ ਬਣੇ ਨੇ ਉਹਨਾਂ ਦਲਤਾਂ ਵਾਸਤੇ ਕੀਤਾ ਕੀ ਆ ਜੇ ਦਲਤਾਂ ਨੇ ਕੁਝ ਕੀਤਾ ਹੁੰਦਾ ਤੇ ਦਲਤਾਂ ਦੀ ਆ ਹਾਲਾਤ ਹੁੰਦੀ ਕਿਉਂ ਪਹੀਰੇ 10 ਸਾਲ ਦੇ ਦੱਸ ਦਿਓ ਬੀਜੇਪੀ ਸਿੱਧਾ ਇਲਜ਼ਾਮ ਲਾਉਂਦੀ ਹੈ ਕਿ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਿਪਟੀ ਸੀਐਮ ਦਰਤ ਬਣਾਓ ਇਹਨਾਂ ਬਣਾਇਆ ਨਹੀਂ ਦੇਣ ਜਵਾਬ ਉਹਦਾ ਅੱਜ ਤੁਹਾਨੂੰ ਚੇਤਾ ਇਸ ਕਰਕੇ ਆਇਆ ਕਿ ਤੁਸੀਂ ਪੰਜਾਬ ਨੂੰ ਹੋਰ ਲੁੱਟਣਾ ਚਾਹੁੰਦੇ ਜੇ ਨਿਚੋੜਨਾ ਚਾਹੁੰਦੇ ਜੇ ਔਰ ਇਸ ਵੇਲੇ ਬਾਕੀ ਜਿਹੜੀਆਂ ਵਰਗ ਨੇ ਉਹ ਸਮਝ ਚੁੱਕੇ ਨੇ ਪਰ ਇਹਨਾਂ ਨੂੰ ਮੈਂ ਦੱਸ ਦਿਆਂ ਕਿ ਦਲਿਤ ਭਾਈਚਾਰਾ ਵੀ ਸਮਝ ਚੁੱਕਾ ਹੈ ਉਹਨਾਂ ਦੇ ਬੱਚੇ ਬਹੁਤ ਸਮਝ ਰੱਖਦੇ ਨੇ ਸੋਝੀ ਰੱਖਦੇ ਨੇ ਅੱਜ ਕੀ ਤੁਹਾਨੂੰ ਜਾਤ ਪਾਤ ਦੇ ਨਾਂ ਤੇ ਵੋਟ ਨਹੀਂ ਪੈਣੀ ਇੱਕ ਦੇਸ਼ ਨੂੰ ਅੱਗੇ ਵਧਾਉਣ ਵਾਲੀ ਸੋਚ ਦੇ ਨਾਂ ਤੇ ਵੋਟ ਪਵੇਗੀ ਸੈਕੂਲਰ ਸੋਚ ਨੂੰ ਵੋਟ ਪਏਗੀ ਔਰ ਕਦੀ ਵੀ ਉਹ ਲੋਕ ਜਿਹੜੇ ਇਸ ਤਰੀਕੇ ਨਾਲ ਦੇਸ਼ ਦੇ ਵਿੱਚ ਚੱਲਦੇ ਨੇ ਉਹ ਕਾਮਯਾਬ ਨਹੀਂ ਹੁੰਦੇ ਸੋ ਮੇਰਾ ਖਿਆਲ ਹੈ ਕਿ ਇਹਨਾਂ ਦਾ ਜਿਹੜਾ ਜਿਹੜੀ ਇਹਨਾਂ ਦੀ ਅਲਾਈਅੰਸ ਹੋਇਆ ਵੀ ਆ ਉਹ ਇੱਕ ਦੂਜੇ ਨੂੰ ਬਸਾਖੀਆਂ ਦਾ ਸਾਰਾ ਹੀ ਦਿੱਤਾ ਉਹਨਾਂ ਨੂੰ ਇਹ ਸੀ ਕਿ ਅਸੀਂ ਇੱਥੇ ਆ ਜਾਈਏ ਇਹਨਾਂ ਨੂੰ ਇਹ ਸੀ ਕਿ ਕਿਸਾਨੀ ਸੰਘਰਸ਼ ਹੋਇਆ ਸਾਨੂੰ ਪਿੰਡਾਂ ਜਾਣ ਨਹੀਂ ਦੇਣਾ ਸ਼ਾਇਦ ਦਲਿਤ ਸਾਡੇ ਨਾਲ ਖੜੇ ਹੋ ਜਾਣਗੇ ਜਾਂ ਇਸ ਤਰ੍ਹਾਂ ਕਿਸ ਤਰੀਕੇ ਦੀ ਕੋਈ ਸੋਚ ਦੇ ਮੁਤਾਬਕ ਇਹਨਾਂ ਨੇ ਸਮਝੌਤਾ ਕੀਤਾ ਅਦਰਵਾਈਜ਼ ਜੇ ਇਹਨਾਂ ਦਰਦ ਹੁੰਦਾ ਤੇ ਇਹ 10 ਸਾਲ ਪਿਛਲੇ ਦਲਦ ਦਾ ਡਿਪਟੀ ਸੀਐਮ ਚੇਰਾ ਜ਼ਰੂਰ ਲੈ ਕੇ ਆਉਂਦੇ ਪ੍ਰਤਾਪ ਸਿੰਘ ਬਾਜਵਾ ਹਰਾਂਦੇ ਅੱਜ ਪੀਸੀਸੀ ਕੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਰਿਟਾਇਰਡ ਬਿਊਰੋਕਰੇਟਸ ਨੇ ਬਜਾਏ ਉਹਨਾਂ ਨੂੰ ਅਕਮੋਡੇਟ ਕਰਨ ਦੇ ਖਾਸ ਕਰਕੇ ਜਿਹੜੀਆਂ ਪੋਲਿਟੀਕਲ ਪੋਸਟਿੰਗਸ ਵਾਲੀਆਂ ਜਗ੍ਹਾ ਹੈਗੀਆਂ ਪਾਰਟੀ ਦਾ ਜਿਹੜਾ ਲੋਇਲਿਸਟ ਹੈ ਉਹਨਾਂ ਨੂੰ ਲਾਉਣਾ ਚਾਹੀਦਾ ਤੇ ਸਾਢੇ 4 ਸਾਲ ਹੋ ਗਏ ਨੇ ਜਿਹੜੇ ਰਿਟਾਇਰਡ ਬਿਊਰੋਕਰੇਟਸ ਲਾਏ ਨੇ ਉਹਨਾਂ ਨੂੰ ਆਪੇ ਹੀ हट ਜਾਣਾ ਚਾਹੀਦਾ ਜਾਂ ਇਨਡਾਇਰੈਕਟਲੀ ਉਹਨਾਂ ਨੇ ਜਿੱਦਾਂ ਏਜੀ ਅਤਲਨੰਦਾ ਉਹਨਾਂ ਦੇ ਬਾਰੇ ਵੀ ਗੱਲ ਕੀਤੀ ਹੈ ਨਾ ਤੇ ਇਸ ਨੂੰ ਤੁਸੀਂ ਕਿਦਾਂ ਦੇਖਦੇ ਤੁਸੀਂ ਪਹਿਲੇ ਵੀ ਮੰਨਦੇ ਰਹੇ ਹੋ ਕਿ ਬਿਊਰੋਕ੍ਰੇਸੀ ਜੋ ਹੈ ਕਿਸੇ ਲੈਵਲ ਤੇ ਪੰਜਾਬ ਦੇ ਵਿੱਚ ਜਿਆਦਾ ਹਾਵੀ ਹੈ ਬਨਿਸਪਤ ਲੀਡਰਸ ਦੇ ਇਲੈਕਟਿਡ ਲੀਡਰਸ ਦੇ ਇਹ ਜਿਹੜੀਆਂ ਗੱਲਾਂ ਨੇ ਸਾਰੀਆਂ ਮੈਂ ਕਮੇਟੀ ਦੇ ਸਾਹਮਣੇ ਰੱਖ ਕੇ ਆ ਗਿਆ ਸੀਐਮ ਸਾਹਿਬ ਨੂੰ ਵੀ ਦੱਸ ਦਿੱਤੀ ਹੈ ਤੇ ਬਿਲਕੁਲ ਅਸੀਂ ਵਰਕਰ ਦਾ ਮਾਨ ਸਨਮਾਨ ਕਰਨਾ ਹੈ ਔਰ ਪਹਿਲ ਦੇ ਆਧਾਰ ਤੇ ਕਰਨਾ ਤੁਸੀਂ ਦੇਖੋ ਚੇਅਰਮੈਨ ਨੇ ਪਹਿਲੇ ਅਸੀਂ ਦੋ ਵਾਰ ਹੀ ਸੀਐਮ ਸਾਹਿਬ ਕੋ ਗਏ ਔਰ ਦੂਜੀ ਮੀਟਿੰਗ ਦੇ ਵਿੱਚ ਲਾਲੀ ਜੀ ਮਜੀਠੀਆ ਸਾਹਿਬ ਨੂੰ ਚੇਅਰਮੈਨ ਸੀਐਮ ਸਾਹਿਬ ਨੇ ਬਣਾਤਾ ਜਿਹੜਾ ਦੁਵਾਲਾ ਹੁੰਦਾ ਹੈ ਉਹਨੇ ਵੀ ਦੱਸਣਾ ਹੁੰਦਾ ਵੀ ਕੀ ਬੈਸਟ ਹੈ ਕੀ ਨਹੀਂ ਬੈਸਟ ਕਿਉਂਕਿ ਜਿਹੜਾ ਬੰਦਾ ਹੁਣ ਲੱਗੇ ਹੈ ਜਿਹੜਾ ਤੁਹਾਡਾ ਸਲਾਹਕਾਰ ਹੈ ਉਹੀ ਗੱਲ ਦੱਸ ਸਕਦਾ ਸੋ ਕਿਤੇ ਨਾ ਕਿਤੇ ਜਾ ਕੇ ਮੈਂ ਇਹ ਸਮਝਦਾ ਕਿ ਕੁਝ ਸਮੇਂ ਤੇ ਉਹ ਸਹੀ ਫੀਡਬੈਕ ਨਹੀਂ ਦਿੱਤੀ ਜਾ ਸਕੀ ਕਈ ਵਾਰੀ ਉਹ ਚੀਜ਼ਾਂ ਰਹਿ ਜਾਂਦੀਆਂ ਨੇ ਮੇਰੇ ਕੋਲ ਹੁਣ ਵੀ ਸੀਐਮ ਸਾਹਿਬ ਵਰਕਰ ਨੂੰ ਉੱਪਰ ਚੱਕਣਗੇ ਅਸੀਂ ਸਾਰੇ ਇਸ ਲਈ ਮਤਲਬ ਵਚਨਬੱਧ ਹੈ ਔਰ ਹਮੇਸ਼ਾ ਰਹੇ ਹਾਂ ਚਾਹੇ ਤੁਸੀਂ ਸਾਡੇ ਹਲਕਿਆਂ 'ਚ ਪਤਾ ਕਰ ਲੋ ਜਿਹੜੀ ਕਾਂਗਰਸ ਪਾਰਟੀ ਸਾਡੀ ਕਾਰਸ਼ਾਲੀ ਨੂੰ ਦੇਖ ਲੋ ਹਮੇਸ਼ਾ ਅਸੀਂ ਵਰਕਰ ਦੀ ਪਿੱਠ ਨਾ ਪਿੱਠ ਲਾ ਕੇ ਖੜੇ ਆਂ ਔਰ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੀ ਕੋਈ ਖਦਸ਼ੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੀ ਜਾਂ ਜਿਹੜੀ ਉਹਨਾਂ ਦੀ ਡਿਮਾਂਡ ਹੈ ਉਹ ਵੀ ਮੇਰੇ ਖਿਆਲ ਸਹੀ ਹੋ ਜਾਏਗੀ ਉਹਨਾਂ ਦੇ ਦਰਾਂ 'ਚ lastly <laughs> ਤੁਹਾਨੂੰ ਕੀ ਲੱਗਦਾ ਹੈ ਕਿ ਜਿੰਨਾ ਵੀ ਪਾਰਟੀ ਦੇ ਵਿੱਚ ਇੰਟਰਨਲ ਉਹ ਚਲੇ ਹੈ ਇਸ਼ੂ ਉਹ ਕਿੰਨੇ ਟਾਈਮ ਪੀਰੀਅਡ ਚ ਉਹ ਰਿਜ਼ੋਲਵ ਹੋ ਸਕਦੇ ਨੇ ਕਿਉਂਕਿ ਬਹੁਤ ਘੱਟ ਸਮਾਂ ਜੋ ਹੈ ਅਸੈਂਬਲੀ ਇਲੈਕਸ਼ਨਸ ਨੂੰ ਰਹਿ ਗਿਆ ਹੈ ਮੇਰਾ ਖਿਆਲ ਇੱਕ ਮਹੀਨੇ ਦੇ ਵਿੱਚ ਵਿੱਚ ਸਾਰਾ ਕੁਝ ਰਿਜ਼ੋਲਵ ਹੋ ਜਾਏਗਾ ਬਾਕੀ ਜਿਹੜਾ ਪਾਰਟੀ ਦਾ ਬੰਤਰ ਦੀ ਗੱਲ ਕਰਦੇ ਉਹ ਮੇਰਾ ਖਿਆਲ ਵੀ ਦਿਨ ਵੀ ਚ ਜਲਦੀ ਬਿਲਕੁਲ ਸਾਰਾ ਕੁਝ ਤੁਹਾਡੇ ਸਾਹਮਣੇ ਇੱਕ ਪਲੇਟਫਾਰਮ ਤੇ ਸਾਰੇ ਸਾਡੇ ਮਾਣਯੋਗ ਸੀਨੀਅਰ ਲੀਡਰਸ਼ਿਪ ਇਕੱਠੀ ਹੋਏਗੀ ਤੇ ਇਸੇਗੇ ਗੁਰਜੀਤ ਔਜਲਾ ਜੀ ਐਮਪੀ ਅੰਮ੍ਰਿਤਸਰ ਤੋਂ ਤੇ ਇਹ ਹੋਪਫੁਲ ਨੇ ਕਿ ਪਾਰਟੀ ਦੇ ਜਿਹੜੋ ਜੋ ਵੀ ਇੰਟਰਨਲ ਇਸ਼ੂਜ਼ ਨੇ ਉਹ ਬਹੁਤ ਕਟ ਟਾਈਮ ਦੇ ਵਿੱਚ ਉਹ ਰਿਜ਼ੋਲਵ ਹੋਣਗੇ ਤੇ ਪਾਰਟੀ ਜੋ ਹੈ ਇਹਨਾਂ ਦੇ ਮੁਤਾਬਿਕ ਇੱਕ ਯੂनाइटेड फोर्स ਬਣ ਕੇ ਜੋ ਹੈ ਉਹ ਉਭਰੇਗੀ ਬਟ ਫਿਲਹਾਲ ਇੱਕ ਇਸ਼ੂ ਜਿਹੜਾ ਇਹਨਾਂ ਨੇ ਕੀਤਾ ਕਿ ਚੀਫ ਮਿਨਿਸਟਰ ਅਮਰਿੰਦਰ ਸਿੰਘ ਨੂੰ ਜੋ ਪ੍ਰੋਪਰ ਫੀਡਬੈਕ ਦੀ ਗੱਲ ਇਹਨਾਂ ਨੇ ਕੀਤੀ ਹੈ ਕਿ ਜੇ ਉਹ ਫੀਡਬੈਕ ਪ੍ਰੋਪਰ ਦਿੱਤਾ ਜਾਏ ਤੇ ਚੀਫ ਮਿਨਿਸਟਰ ਡੈਫੀਨੇਟਲੀ ਉਸਤੇ ਐਕਟ ਫੋਨ ਕਰਦੇ ਨੇ ਜਿੱਦਾਂ ਇਹਨਾਂ ਨੇ ਲਾਲੀ ਮਜੀਠੀਆ ਹੋਰਾਂ ਦਾ ਐਗਜ਼ਾਮਪਲ ਦਿੱਤਾ ਜਿਨ੍ਹਾਂ ਨੂੰ ਆਪਨ ਗੇਂ ਦਾ ਚੇਅਰਮੈਨ ਰੀਸੈਂਟਲੀ ਲਗਾਇਆ ਗਿਆ ਹੈ ਅਬ ਦੇਖਦੇ ਨੇ ਕਿ ਪੰਜਾਬ ਦੇ ਜੋ ਇੰਟਰਨਲ ਇਸ਼ੂਸ ਨੇ ਉਹ ਆਉਣ ਵਾਲੇ ਦਿਨਾਂ ਸੇ ਰਿਜ਼ੋਲਵ ਹੁੰਦੇ ਨੇ Ja, yeah, nei. ABP Sonja, Josh Jazba, Junun.